ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਪੀਐਸ ਟੈਟ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਅਸੀਂ ਲੈ ਕੇ ਆਏ ਜੀ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ 2011 ਦਾ ਜਿਹੜਾ ਪੇਪਰ ਹੈ ਉਹ ਸੋਲਵ ਕਰਕੇ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਕਮੈਂਟ ਸੀ ਕਿ ਸਰ ਪੁਰਾਣੇ ਜਿਹੜੇ ਪੇਪਰ ਨੇ ਉਹ ਵੀ ਸੋਲਵ ਕਰਕੇ ਪਾਏ ਜਾਣ। ਔਰ ਇਸ ਤੋਂ ਪਹਿਲਾਂ ਅਸੀਂ ਕਾਫੀ ਪੇਪਰ ਸੋਲਵ ਕਰਕੇ ਪਾਏ ਹੋਏ ਨੇ, ਪਲੇਲਿਸਟ 'ਚ ਜਾ ਕੇ ਤੁਸੀਂ ਜਿਹੜੇ ਉਹ ਪੇਪਰ ਹੈ ਸਾਰੇ ਦੇਖ ਸਕਦੇ ਹੋ। SST ਬਾਲ ਵਿਕਾਸ ਦੀਆਂ ਵੀਡੀਓ ਵੀ ਇੱਕ ਇੱਕ ਟੋਪਿਕ ਦੀਆਂ ਅਪਲੋਡ ਨੇ, ਵਾਤਾਵਰਨ ਦੀਆਂ ਵੀ ਔਰ ਪੰਜਾਬੀ ਵਿਆਕਰਨ ਦੀਆਂ ਵੀ ਕਾਫੀ ਵੀਡੀਓ ਅਪਲੋਡ ਨੇ। ਔਰ ਜੇ ਸੀ ਟੈਟ ਦੀ ਤਿਆਰੀ ਕਰ ਰਹੇ ਤਾਂ ਸੀ ਟੈਟ ਦੀਆਂ ਵੀ ਕਾਫੀ ਜਿਹੜੀਆਂ ਇੱਕ ਇੱਕ ਟੋਪਿਕ ਦੀਆਂ ਵੀਡੀਓ ਅਪਲੋਡ ਨੇ, ਉਹਨਾਂ ਦੀ ਹੈਲਪ ਨਾਲ ਤੁਸੀਂ ਪ੍ਰੈਪਰੇਸ਼ਨ ਜਿਹੜੀ ਉਹ ਕਰ ਸਕਦੇ ਹੋ। ਪਹਿਲੀ ਵਾਰ ਚੈਨਲ 'ਤੇ ਵਿਜਿਟ ਕਰ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਹਰ ਰੋਜ਼ ਤਕਰੀਬਨ ਅਸੀਂ ਇੱਕ ਵੀਡੀਓ ਜਿਹੜੀ ਹੈ ਜਾਂ ਦੋ ਵੀਡੀਓ PS ਟੈਟ ਦੇ ਸਿਲੇਬਸ ਦੇ ਨਾਲ ਬਿਲਕੁਲ ਰਿਲੇਟਡ ਜਿਹੜੀਆਂ ਨੇ ਉਹ ਅਸੀਂ ਅਪਲੋਡ ਕਰ ਰਹੇ ਹਾਂ। ਔਰ ਅੱਜ ਦਾ ਜਿਹੜਾ ਹੈ 2011 ਦਾ ਪੇਪਰ ਆਪਾਂ ਸੋਲਵ ਕਰਾਂਗੇ, ਉਸ ਦੇ ਨਾਲ ਆਪਾਂ ਨੂੰ ਕਾਫੀ ਮਦਦ ਮਿਲੇਗੀ ਕਿ ਪੇਪਰ ਜਿਹੜਾ ਕਿਸ ਤਰ੍ਹਾਂ ਦਾ ਆਉਂਦਾ ਔਰ ਕਿਸ ਤਰ੍ਹਾਂ ਅਸੀਂ ਉਸ ਨੂੰ ਸੋਲਵ ਕਰਨਾ। ਸਭ ਤੋਂ ਪਹਿਲਾ ਕੁਐਸਚਨ ਹੈ ਜੀ ਅੱਜ ਦਾ ਆਪਣਾ, ਵਿਕਾਸ ਪ੍ਰਪੇਕ ਸਮੇਂ ਦੇ ਨਾਲ ਨਾਲ ਕਿਸ ਵਿੱਚ ਵਾਪਰੇ ਪਰਿਵਰਤਨਾਂ ਨਾਲ ਸੰਬੰਧਿਤ ਹੈ? ਵੀ ਵਿਕਾਸ ਦੇ ਨਾਲ ਜਿਹੜਾ ਹੈ ਕਿਹੜੇ ਕਿਹੜੇ ਪਰਿਵਰਤਨ ਜਿਹੜੇ ਵਾਪਰਦੇ ਹਨ? ਸਭ ਤੋਂ ਪਹਿਲਾਂ ਹੈ ਜੀ ਇੱਕ ਨੰਬਰ 'ਤੇ ਰੂਪ, ਦੋ ਮੁੱਲ, ਤਿੰਨ ਦਾ ਅਨੁਕਰਮ, ਚਾਰ ਹੈ ਉਪਰੋਕਤ ਸਾਰੇ ਹੀ, ਫੋਰਮ, ਰੇਟ, ਸਕੁਐਂਸ, ਆਲ ਆਫ ਦੀਜ਼। ਤਾਂ ਇਸ ਦਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ ਚਾਰ, ਉਪਰੋਕਤ ਸਾਰੇ ਹੀ ਪਰਿਵਰਤਨ ਜਿਹੜੇ ਆ ਵਿਕਾਸ ਦੇ ਪ੍ਰਪੇਖ ਦੇ ਵਿੱਚ ਆਉਂਦੇ ਆ। ਕੁਐਸਚਨ ਨੰਬਰ 2 ਹੈ ਜੀ, ਨਵੇਂ ਮੌਲਿਕ ਅਤੇ ਉਪਯੋਗੀ ਵਿਚਾਰ ਜਾਂ ਧਾਰਨਾ ਨੂੰ ਪੈਦਾ ਕਰਨ ਵਿੱਚ ਨਿਹਿਤ ਦਾ ਮਤਲਬ ਹੁੰਦਾ ਇਨਕਲੂਡ, ਚਿੰਤਨ ਪ੍ਰਕਿਰਿਆ, ਥਿੰਕਿੰਗ ਪ੍ਰੋਸੈਸ। ਚਿੰਤਨ ਪ੍ਰਕਿਰਿਆ ਦਾ ਅਰਥ ਹੁੰਦਾ ਥਿੰਕਿੰਗ ਪ੍ਰੋਸੈਸ ਨੂੰ ਕੀ ਆਖਿਆ ਜਾਂਦਾ ਹੈ। ਆਪਸ਼ਨ 1 ਹੈ ਜੀ ਰਚਨਾਤਮਕਤਾ, ਕ੍ਰੀਏਟੀਵਿਟੀ। ਆਪਸ਼ਨ 2 ਹੈ ਜੀ ਨਵੀਨਤਾ। ਨੰਬਰ 3 ਹੈ ਜੀ ਬੁੱਧੀ, ਇੰਟੈਲੀਜੈਂਸੀ। ਔਰ ਆਪਸ਼ਨ 3 ਹੈ ਜੀ ਸਾਇਨੈਕਟਿਸ। ਤਾਂ ਇਸ ਦਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ 1, ਰਚਨਾਤਮਕਤਾ। ਯਾਨੀ ਕਿ ਕ੍ਰੀਏਟੀਵਿਟੀ ਹੁੰਦੀ ਹੈ ਜਦੋਂ ਨਵੇਂ ਮੌਲਿਕ ਉਪਯੋਗੀ ਵਿਚਾਰ ਜਾਂ ਧਾਰਨਾ ਪੈਦਾ ਕਰਨ ਵਿੱਚ ਜਿਹੜੀ ਥਿੰਕਿੰਗ ਪ੍ਰੋਸੈਸ ਇਨਕਲੂਡ ਹੁੰਦਾ ਹੈ ਉਸਨੂੰ ਕ੍ਰੀਏਟੀਵਿਟੀ ਕਿਹਾ ਜਾਂਦਾ ਹੈ। ਨੰਬਰ 3 ਹੈ ਜੀ ਮਾਪਿਆਂ ਤੋਂ ਬੱਚਿਆਂ ਤੱਕ ਗੁਣਾਂ ਦੇ ਸੰਚਾਰ ਨੂੰ ਕੀ ਕਹਿੰਦੇ ਹਨ? ਆਪਸ਼ਨ 1 ਹੈ ਜੀ ਵਾਤਾਵਰਨ, ਆਪਸ਼ਨ 2 ਹੈ ਜੀ ਜੀਨਸ, ਆਪਸ਼ਨ 3 ਹੈ ਜੀ ਵਿਰਾਸਤ, ਆਪਸ਼ਨ 4 ਹੈ ਜੀ ਸਮਸਥਿਤੀ। ਤਾਂ ਇਸ ਦਾ ਜਿਹੜਾ ਆਂਸਰ ਹੈ ਬੱਚਿਆਂ ਮਾਪਿਆਂ ਦੇ ਜਿਹੜੇ ਗੁਣ ਨੇ ਉਹ ਬੱਚਿਆਂ ਦੇ ਵਿੱਚ ਆਉਂਦੇ ਨੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? ਤਾਂ ਉਸਨੂੰ ਵਿਰਾਸਤ ਕਿਹਾ ਜਾਂਦਾ ਹੈ, ਹੈਰੀਡਿਟੀ ਕਿਹਾ ਜਾਂਦਾ ਹੈ, ਵੰਸ਼ ਅਨੁਕਰਮਤਾ ਕਿਹਾ ਜਾਂਦਾ ਹੈ। 4 ਨੰਬਰ ਹੈ ਜੀ ਸਿਧਾਂਤ ਬੱਚੇ ਦੇ ਬੌਧਿਕ ਵਿਕਾਸ ਦੀਆਂ 4 ਅਵਸਥਾਵਾਂ ਦੀ ਪਛਾਣ ਕਰਦਾ ਹੈ, ਸੰਵੇਦੀ ਮੋਟਰ, ਪੂਰਵ ਸੰਚਾਲਕ, ਸਥੂਲ ਸੰਚਾਲਕ ਅਤੇ ਉਪਚਾਰਕ ਸੰਚਾਲਿਤ। ਆਪਸ਼ਨ 1 ਹੈ ਜੀ ਅਰਿਕਸਨ ਦਾ ਮਨੋ ਸਮਾਜਿਕ ਵਿਕਾਸ ਦਾ ਸਿਧਾਂਤ, ਆਪਸ਼ਨ 2 ਹੈ ਜੀ ਫਰਾਇਡ ਦਾ ਮਨੋਲਿੰਗਿਕ ਵਿਕਾਸ ਦਾ ਸਿਧਾਂਤ, ਆਪਸ਼ਨ 3 ਹੈ ਜੀਨ ਪਿਆਜੇ ਦਾ ਸੰਗਿਆਨਾਤਮਕ ਵਿਕਾਸ ਦਾ ਸਿਧਾਂਤ, ਆਪਸ਼ਨ 4 ਹੈ ਜੀ ਕੋਲਬਰਗ ਦੇ ਨੈਤਿਕ ਵਿਕਾਸ ਦਾ ਸਿਧਾਂਤ। ਤਾਂ ਇਹ ਜਿਹੜਾ 4 ਸਟੇਜਾਂ ਦੇ ਵਿੱਚ ਬੱਚੇ ਦੇ ਵਿਕਾਸ ਨੂੰ ਕੋਗਨੀਟਿਵ ਡਿਵੈਲਪਮੈਂਟ ਨੂੰ ਵੰਡਿਆ ਉਹ ਵੰਡਿਆ ਹੈ ਜੀਨ ਪਿਆਜੇ ਜੀ ਨੇ। ਤਾਂ ਇਸ ਦਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ 3, ਜੀਨ ਪਿਆਜੇ ਦਾ ਕੋਗਨੀਟਿਵ ਡਿਵੈਲਪਮੈਂਟ ਦਾ ਜਿਹੜਾ ਸਿਧਾਂਤ ਹੈ ਉਹ ਬੱਚੇ ਦੇ ਬੌਧਿਕ ਵਿਕਾਸ ਨੂੰ 4 ਅਵਸਥਾਵਾਂ ਦੇ ਵਿੱਚ ਵੰਡਦਾ ਹੈ, 4 ਅਵਸਥਾਵਾਂ ਵਿੱਚ ਉਸਦੀ ਪਹਿਚਾਣ ਕਰਦਾ। ਔਰ ਇਹ ਟੋਪਿਕ ਬਹੁਤ ਹੀ ਡਿਟੇਲ ਦੇ ਨਾਲ ਕੀਤਾ ਹੋਇਆ ਔਰ ਇਸ ਦੇ ਨਾਲ ਹੀ ਕੋਲਬਰਗ ਦੇ ਨੈਤਿਕ ਵਿਕਾਸ ਦਾ ਸਿਧਾਂਤ ਵੀ ਜਿਹੜਾ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਮਿਲ ਜੂਗਾ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਿਹੜੇ ਇਹ ਤੁਹਾਨੂੰ ਮਿਲ ਜਾਣਗੇ ਹੁਣ ਤੱਕ ਦੀਆਂ ਅਪਲੋਡ ਵੀਡੀਓ ਦੇ। ਔਰ ਕਈ ਵਿਦਿਆਰਥੀਆਂ ਨੇ ਇਹ ਵੀ ਕਮੈਂਟ ਸੀ ਕਿ ਡਿਸਕ੍ਰਿਪਸ਼ਨ ਕੀ ਹੈ, ਤਾਂ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਬਿਲਕੁਲ ਸੱਜੇ ਹੱਥ ਇੱਕ ਉੱਪਰ ਨੂੰ ਬਿਲਕੁਲ ਫਿੱਕਾ ਜਿਹਾ ਤੀਰ ਜਿਹੜਾ ਉੱਪਰ ਨੂੰ ਨਿਸ਼ਾਨ ਦਿਖਾਈ ਦੇ ਰਿਹਾ, ਜਦੋਂ ਤੁਸੀਂ ਉਸ 'ਤੇ ਟੱਚ ਕਰੋਗੇ ਤਾਂ ਨੀਚੇ ਜਿਹੜਾ ਪੋਰਸ਼ਨ ਖੁੱਲ੍ਹੇਗਾ ਉਸਨੂੰ ਡਿਸਕ੍ਰਿਪਸ਼ਨ ਬੋਲਿਆ ਜਾਂਦਾ ਔਰ ਉਸ ਦੇ ਵਿੱਚ ਤੁਹਾਨੂੰ ਲਿੰਕ ਉਹਦੇ ਮਿਲ ਜਾਣਗੇ। 5 ਨੰਬਰ ਹੈ ਜੀ ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਾਪਤੀ ਨੂੰ ਪਾਠਕ੍ਰਮ ਨਾਲ ਜੋੜਨ ਦਾ ਕਿਹੜਾ ਲਾਭ ਨਹੀਂ ਹੈ? ਜੇਕਰ ਅਸੀਂ ਜਿਹੜੀ ਚਾਈਲਡ ਸੈਂਟਰ ਐਜੂਕੇਸ਼ਨ ਹੈ ਸਿੱਖਿਆ ਪ੍ਰਾਪਤੀ ਨੂੰ ਪਾਠਕ੍ਰਮ ਨਾਲ ਜੋੜਨ ਦਾ ਹੇਠ ਲਿਖਿਆਂ ਵਿੱਚੋਂ ਆਪਾਂ ਦੇਖਣਾ ਕਿ ਕਿਹੜਾ ਲਾਭ ਸਾਨੂੰ ਨਹੀਂ ਮਿਲਦਾ। ਆਪਸ਼ਨ 1 ਹੈ ਜੀ ਵਿਦਿਆਰਥੀਆਂ ਦੀ ਅਭਿਪ੍ਰੇਰਣਾ ਨੂੰ ਮਜ਼ਬੂਤ ਕਰਦਾ ਹੈ। ਆਪਸ਼ਨ 2 ਹੈ ਜੀ ਰੁਤਬਾ ਸਾਥੀਆਂ ਨਾਲ ਸੰਚਾਰ ਨੂੰ ਵਧਾਉਂਦਾ ਹੈ। ਆਪਸ਼ਨ 3 ਹੈ ਜੀ ਵਿਦਿਆਰਥੀ ਅਧਿਆਪਕ ਸੰਬੰਧ ਕਾਇਮ ਕਰਦਾ ਹੈ। ਆਪਸ਼ਨ 4 ਹੈ ਜੀ ਖੋਜ ਕਿਰਿਆਸ਼ੀਲ ਸਿੱਖਿਆ ਪ੍ਰਾਪਤੀ ਵਿੱਚ ਰੁਕਾਵਟ ਬਣਦਾ ਹੈ। ਤਾਂ ਇਸ ਦਾ ਜਿਹੜਾ ਆਂਸਰ ਹੈ ਉਹ ਹੈ ਆਪਸ਼ਨ 4।
ਜਿਹੜੀ ਵਿਦਿਆਰਥੀ ਕੇਂਦਰਿਤ ਸਿੱਖਿਆ ਹੈ, ਚਾਈਲਡ ਸੈਂਟਰਡ ਐਜੂਕੇਸ਼ਨ ਹੈ, ਅਸੀਂ ਉਹਦੇ ਵਿੱਚ ਜਿਹੜੀ ਪ੍ਰਾਪਤੀ ਕਰਨੀ, ਸਿੱਖਿਆ ਪ੍ਰਾਪਤੀ, ਪਾਠਕ੍ਰਮ ਜੋੜਨ ਦੇ ਨਾਲ ਲਾਭ ਜਿਹੜਾ ਪ੍ਰਾਪਤ ਨਹੀਂ ਹੁੰਦਾ, ਆਪਸ਼ਨ 4 ਹੈ, ਖੋਜ ਕਿਰਿਆਸ਼ੀਲ ਸਿੱਖਿਆ ਪ੍ਰਾਪਤੀ ਵਿੱਚ ਰੁਕਾਵਟ ਬਣਦਾ, ਇਹ ਜਿਹੜਾ ਕਥਨ ਹੈ ਇਹ ਗਲਤ ਹੈ। ਕੁਐਸਚਨ ਨੰਬਰ ਆਪਣਾ 6 ਹੈ ਜੀ, ਬੁੱਧੀ ਦਾ ਕਿਹੜਾ ਸਿਧਾਂਤ ਸਧਾਰਨ ਬੁੱਧੀ ਜੀ ਅਤੇ ਵਿਸ਼ਿਸ਼ਟ ਬੁੱਧੀ ਐੱਸ ਦੀ ਮੌਜੂਦਗੀ ਦੀ ਵਕਾਲਤ ਕਰਦਾ ਹੈ? ਆਪਸ਼ਨ 1 ਹੈ ਜੀ ਅਰਾਜਕਤਾ ਸਿਧਾਂਤ, ਆਪਸ਼ਨ 2 ਹੈ ਜੀ ਗਿਲਫੋਰਡ ਦਾ ਬੁੱਧੀ ਦਾ ਸਿਧਾਂਤ, ਆਪਸ਼ਨ 3 ਹੈ ਜੀ ਸਬੀਅਰਬਿਨ ਦਾ ਦੋ ਕਾਰਜੀ ਸਿਧਾਂਤ, ਆਪਸ਼ਨ 4 ਹੈ ਜੀ ਵਰਮਨ ਦਾ ਵਪਾਨਿਕ ਸਿਧਾਂਤ। ਤਾਂ ਇਸਦਾ ਜਿਹੜਾ ਆਨਸਰ ਹੈ, ਆਪਾਂ ਜਾਣਦੇ ਹਾਂ ਕਿ ਜੀ ਦਾ ਹੁੰਦਾ ਜਨਰਲ ਔਰ ਐੱਸ ਦਾ ਸਪੈਸ਼ਲ ਜਿਹੜੀ ਇੰਟੈਲੀਜੈਂਸੀ ਹੈ, ਉਹ ਦੋ ਤਰੀਕਿਆਂ ਦੇ ਨਾਲ ਵੰਡਿਆ ਹੈ ਔਰ ਵੰਡਿਆ ਹੈ ਸਪੀਅਰਮੈਨ ਨੇ। ਤਾਂ ਇਸਦਾ ਜਿਹੜਾ ਆਨਸਰ ਹੈ ਆਪਸ਼ਨ 3 ਹੈ, ਸਪੀਅਰਮੈਨ ਦਾ ਦੋ ਕਾਰਜੀ ਸਿਧਾਂਤ। ਇਹ ਵੀ ਬਹੁਤ ਡਿਟੇਲ ਦੇ ਨਾਲ ਬੁੱਧੀ ਅਤੇ ਇਸਦੇ ਸਿਧਾਂਤ ਜਿਹੜਾ ਟੌਪਿਕ ਹੈ ਕੀਤਾ ਹੋਇਆ, ਜਿੰਨੇ ਵੀ ਬੁੱਧੀ ਦੇ ਸਿਧਾਂਤ ਨੇ ਸਾਰੇ ਤੁਹਾਨੂੰ ਉਸ ਵੀਡੀਓ ਦੇ ਵਿੱਚ ਮਿਲ ਜਾਣਗੇ। ਅੱਗੇ ਜੀ ਪ੍ਰਸ਼ਨ ਨੰਬਰ 7, ਬਿੰਬ ਧਾਰਨਾਵਾਂ ਪ੍ਰਤੀਕ ਅਤੇ ਚਿੰਨ੍ਹ। ਪ੍ਰਤੀਕ ਅਤੇ ਚਿੰਨ੍ਹ ਭਾਸ਼ਾ, ਸਰੀਰਕ ਗਤੀਵਿਧੀਆਂ ਅਤੇ ਦਿਮਾਗੀ ਕਾਰਜ ਵਿੱਚ ਨਿਹਿਤ ਹਨ। ਆਪਸ਼ਨ 1 ਹੈ ਜੀ ਨਿਹਿਤ, ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਇਨਕਲੂਡ ਹੈ ਕੀ ਇਹਨਾਂ ਦੇ ਵਿੱਚੋਂ, ਅਨੁਕੂਲਨ, ਨੰਬਰ 2 'ਤੇ ਪ੍ਰੇਰਕ ਵਿਕਾਸ, ਨੰਬਰ 3 'ਤੇ ਸਮੱਸਿਆ ਦਾ ਸਮਾਧਾਨ, ਨੰਬਰ 4 'ਤੇ ਚਿੰਤਨ ਪ੍ਰਕਿਰਿਆ, ਥਿੰਕਿੰਗ ਪ੍ਰੋਸੈਸ। ਤਾਂ ਇਸਦਾ ਜਿਹੜਾ ਆਨਸਰ ਹੈ 7 ਨੰਬਰ ਦਾ ਉਹ ਹੈ ਜੀ 4। ਥਿੰਕਿੰਗ ਪ੍ਰੋਸੈਸ ਜਿਹੜਾ ਉਹ ਇਨਕਲੂਡ ਹੁੰਦਾ ਹੈ ਬਿੰਬ ਧਾਰਨਾਵਾਂ ਪ੍ਰਤੀਕ ਅਤੇ ਚਿੰਨ੍ਹ ਭਾਸ਼ਾ ਸਰੀਰਕ ਗਤੀਵਿਧੀਆਂ ਅਤੇ ਦਿਮਾਗੀ ਕਾਰਜ ਦੇ ਵਿੱਚ, ਥਿੰਕਿੰਗ ਪ੍ਰੋਸੈਸ ਜਿਹੜਾ ਉਹ ਇਨਕਲੂਡ ਹੁੰਦਾ। ਆਪਸ਼ਨ 4 ਆਪਣਾ ਜਿਹੜਾ ਉਹ ਆਨਸਰ ਹੈ। ਕੁਐਸਚਨ ਨੰਬਰ 8 ਹੈ ਜੀ, ਕਿਹੜਾ ਸਿੱਖਿਆ ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਐਲੀਮੈਂਟ ਆਫ ਲਰਨਿੰਗ ਇਵੈਂਟ। ਆਪਸ਼ਨ 1 ਹੈ ਜੀ ਸਿੱਖਿਆਰਥੀ, ਆਪਸ਼ਨ 2 ਹੈ ਜੀ ਆਂਤਰਿਕ ਹਾਲਾਤ, ਇੰਟਰਨਲ ਕੰਡੀਸ਼ਨਸ, ਆਪਸ਼ਨ 3 ਹੈ ਜੀ ਉਦੀਪਨ, ਸਟਿਮੂਲਸ, ਆਪਸ਼ਨ 4 ਹੈ ਜੀ ਅਧਿਆਪਨ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 4, ਅਧਿਆਪਨ ਜਿਹੜਾ ਹੈ ਉਹ ਸਿੱਖਣ ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ। ਅਧਿਆਪਕ ਤੋਂ ਬਿਨਾਂ ਵੀ ਸਿੱਖਿਆਰਥੀ ਜਿਹੜਾ ਬਹੁਤ ਕੁਝ ਸਿੱਖਦਾ ਹੈ। ਸਿੱਖਿਆਰਥੀ ਜ਼ਰੂਰੀ ਹੈ ਸਿੱਖਣ ਵਾਸਤੇ, ਆਂਤਰਿਕ ਹਾਲਾਤ ਜ਼ਰੂਰੀ ਨੇ ਔਰ ਉਦੀਪਨ ਜ਼ਰੂਰੀ ਹੈ। ਅਧਿਆਪਨ ਤੋਂ ਬਿਨਾਂ ਵੀ ਜਿਹੜਾ ਵਿਦਿਆਰਥੀ ਬਹੁਤ ਕੁਝ ਸਿੱਖਦਾ ਹੈ। ਨੰਬਰ 9 ਹੈ ਜੀ, ਕਿਹੜੇ ਸਿਧਾਂਤ ਦੀ ਇਹ ਘਟਨਾ ਹੈ ਕਿ ਵਿਵਹਾਰ ਨੂੰ ਅਨੁਕਰਮਿਕ, ਨਿਕਟਤਾ ਅਤੇ ਇੱਛਤ ਵਿਵਹਾਰ ਦੇ ਅਤਿ ਨਿਕਟ ਪ੍ਰਤੀਕਿਰਿਆਵਾਂ ਦੇ ਦ੍ਰਿੜੀਕਰਨ ਰਾਹੀਂ ਢਾਲਿਆ ਜਾ ਸਕਦਾ ਹੈ? ਆਪਸ਼ਨ ਏ ਜੇ ਕਲਾਸਿਕੀ ਅਨੁਕੂਲਨ, ਆਪਸ਼ਨ 2 ਹੈ ਜੀ ਨਿਮਿਤਕ ਅਨੁਕੂਲਨ, ਇੰਸਟਰੂਮੈਂਟਲ ਕੰਡੀਸ਼ਨਸ, ਕਲਾਸਿਕ ਕੰਡੀਸ਼ਨ, ਨੰਬਰ 3 'ਤੇ ਸਕਿਰਿਆ ਅਨੁਕੂਲਨ, ਨੰਬਰ 4 ਹੈ ਜੀ ਸਮਾਜ ਸਿੱਖਿਆ ਪ੍ਰਾਪਤੀ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 3, ਸਕਿਰਿਆ ਅਨੁਕੂਲਨ। ਓਪਰੈਂਟ ਕੰਡੀਸ਼ਨ ਇਸਦਾ ਆਨਸਰ ਹੈ। ਔਰ ਨੈਕਸਟ ਹੈ ਜੀ, ਅੱਗੇ ਹੈ ਜੀ ਪ੍ਰਸ਼ਨ ਨੰਬਰ 10, ਉਹ ਪ੍ਰਕਿਰਿਆ ਜਿਸ ਰਾਹੀਂ ਮਾਪੇ ਇਹ ਮੰਨ ਲੈਂਦੇ ਹਨ ਕਿ ਉਹਨਾਂ ਦੇ ਬੱਚੇ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸਕਾਰਾਤਮਕ ਹਨ, ਯਾਨੀ ਕਿ ਪੋਜ਼ਿਟਿਵ ਹਨ, ਕਿਉਂਕਿ ਇਹ ਵਿਸ਼ੇਸ਼ਤਾਵਾਂ ਸਕਾਰਾਤਮਕ ਹੈ ਨੂੰ ਆਖਦੇ ਹਨ। ਤਾਂ ਸਕਾਰਾਤਮਕ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਸਨੂੰ ਕੀ ਆਖਦੇ ਹਨ? ਆਪਸ਼ਨ ਏ ਹੈ ਜੀ ਪਰਿਪੇਕ ਪ੍ਰਭਾਵ, ਆਪਸ਼ਨ 2 ਹੈ ਜੀ ਹਾਰਥੋਨ ਪ੍ਰਭਾਵ, ਆਪਸ਼ਨ 3 ਹੈ ਜੀ ਪਰਨਾਮ ਪ੍ਰਭਾਵ, ਆਪਸ਼ਨ 4 ਹੈ ਜੀ ਵਿਪਰੀਤ ਪ੍ਰਭਾਵ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 1, ਪਰਿਪੇਖ ਪ੍ਰਭਾਵ, ਹੈਲੋ ਇਫੈਕਟ, ਯਾਨੀ ਕਿ ਜਿਹੜੀਆਂ ਸਕਾਰਾਤਮਕ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਪਰਿਪੇਖ ਪ੍ਰਭਾਵ ਕਿਹਾ ਜਾਂਦਾ ਹੈ। ਆਪਸ਼ਨ 11 ਹੈ ਜੀ, ਰਮੇਸ਼ ਅਤੇ ਅੰਕਿਤ ਦਾ 120 ਦਾ ਸਮਾਨ IQ ਹੈ। ਰਮੇਸ਼ ਅੰਕਿਤ ਤੋਂ 2 ਸਾਲ ਛੋਟਾ ਹੈ। ਜੇ ਅੰਕਿਤ ਦੀ ਉਮਰ 12 ਸਾਲ ਹੈ ਤਾਂ ਰਮੇਸ਼ ਦੀ ਮਾਨਸਿਕ ਉਮਰ ਹੈ? ਆਪਸ਼ਨ ਏ ਹੈ ਜੀ 9 ਸਾਲ, ਆਪਸ਼ਨ 2 ਹੈ ਜੀ 10 ਸਾਲ, ਆਪਸ਼ਨ 3 ਹੈ ਜੀ 12 ਸਾਲ, ਆਪਸ਼ਨ 4 ਹੈ ਜੀ 14 ਸਾਲ। ਤਾਂ ਇਸਦਾ ਜਿਹੜਾ ਆਨਸਰ ਹੈ ਜੀ ਉਹ ਹੈ ਜੀ ਆਪਸ਼ਨ 3, 12 ਸਾਲ। ਰਮੇਸ਼ ਦੀ ਜਿਹੜੀ ਉਮਰ ਹੈ ਉਹ ਕਿੰਨੀ ਹੈ? 12 ਸਾਲ ਹੈ। ਔਰ ਇਹ ਜਿਹੜਾ ਕੁਐਸਚਨ ਹੈ ਇਹ ਫਾਰਮੂਲੇ ਨਾਲ ਹੱਲ ਹੋਊਗਾ, ਜਿਹੜਾ ਕਿ ਆਪਾਂ ਬੁੱਧੀ ਦਾ ਜਿਹੜਾ ਅੰਕ ਕੱਢਦੇ ਹਾਂ, ਮਾਨਸਿਕ ਆਜ਼ੂ ਬਟੇ ਸਰੀਰਕ ਆਜ਼ੂ ਗੁਣਾ 100, ਉੱਪਰ ਮਾਨਸਿਕ ਆਜ਼ੂ ਔਰ
नीचे आप लिखांगे शरीरक आयु ते गुणा 100 नाल करके इस तरीके नाल जिहड़ा सवाल है निकलेगा। बुद्धि दे जिहड़े आपां सिधांत कीते ने उहदे विच आपां इस नूं करके दिखाया होया। नैक्सट है जी 12 नंबर, किहड़ी विशेष चर दी उदाहरण नहीं है? ऑप्शन 1 है जी उमर, ऑप्शन 2 है जी लिंग, ऑप्शन 3 है जी व्यवहारिक स्थिति, ऑप्शन 4 है जी रिहायशी थां। आपां देखणा कि किहड़ी इहनां दे विचों जिहड़ी है डिसक्रेट वर्बल दी एग्जाम्पल नहीं है। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 1। ਉਮਰ ਜਿਹੜੀ ਹੈ ਉਹ ਡਿਸਕ੍ਰੇਟ ਯਾਨੀ ਕਿ ਵਿਸ਼ੇਸ਼ ਚਰ ਦੀ ਉਦਾਹਰਣ ਨਹੀਂ ਹੈ। ਅੱਗੇ ਜੀ ਕੁਸ਼ਚਨ ਨੰਬਰ 13, ਪ੍ਰਯੋਗਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਉਪਯੁਕਤ ਰੂਪ ਹੈ? ਪ੍ਰੈਕਟੀਕਲ ਦੇ ਵਿੱਚ ਆਪਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਜਿਹੜਾ ਐਵੈਲੂਏਸ਼ਨ ਕਰਨੀ ਹੈ ਤਾਂ ਦੇਖਣਾ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਉਪਯੁਕਤ ਜਿਹੜਾ ਹੈ ਰੂਪ ਕਿਹੜਾ ਹੈ। ਆਪਸ਼ਨ 1 ਹੈ ਜੀ ਇੰਟਰਵਿਊ, ਆਪਸ਼ਨ 2 ਹੈ ਜੀ ਨਿਰੀਖਣ, ਆਪਸ਼ਨ 3 ਹੈ ਜੀ ਪ੍ਰਸ਼ਨਾਵਲੀ, ਆਪਸ਼ਨ 4 ਹੈ ਜੀ ਲਿਖਤੀ ਪ੍ਰੀਖਣ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 2 ਨਿਰੀਖਣ। ਨਿਰੀਖਣ ਜਿਹੜਾ ਹੈ ਉਹ ਪ੍ਰੈਕਟੀਕਲ ਦੇ ਵਿੱਚ ਵਿਦਿਆਰਥੀਆਂ ਦੇ ਮੁਲਾਂਕਣ ਕਰਨ ਦਾ ਉਪਯੁਕਤ ਰੂਪ ਹੈ। ਔਰ ਨੈਕਸਟ ਹੈ ਜੀ ਕੁਸ਼ਚਨ ਨੰਬਰ 14, ਨਿਰਦੇਸ਼ਾਂ ਦੌਰਾਨ ਸਿੱਖਣ ਦੀ ਪ੍ਰਗਤੀ। ਨਿਰਦੇਸ਼ਾਂ ਦਾ ਮਤਲਬ ਹੁੰਦਾ ਹੈ ਇੰਸਟਰਕਸ਼ਨ। ਸਿੱਖਣ ਦੀ ਪ੍ਰਗਤੀ ਨੂੰ ਮੋਨੀਟਰ ਕਰਨ ਲਈ ਵਰਤੀ ਜਾਂਦੀ ਮੁਲਾਂਕਣ ਇਵੈਲੂਏਸ਼ਨ ਦੀ ਕਿਸਮ ਨੂੰ ਕੀ ਆਖਦੇ ਹਨ? ਆਪਸ਼ਨ 1 ਹੈ ਜੀ ਨਿੰਦਾਨਿਕ ਮੁਲਾਂਕਣ, ਆਪਸ਼ਨ 2 ਹੈ ਜੀ ਰਚਨਾਤਮਕ ਮੁਲਾਂਕਣ, ਆਪਸ਼ਨ 3 ਹੈ ਜੀ ਸਥਾਨਕ ਮੁਲਾਂਕਣ, ਆਪਸ਼ਨ 4 ਹੈ ਜੀ ਸੰਕਲਾਤਮਕ ਮੁਲਾਂਕਣ। ਤਾਂ ਇਸਦਾ ਸੰਕਲਾਤਮਕ ਮੁਲਾਂਕਣ ਦਾ ਮਤਲਬ ਹੁੰਦਾ ਹੈ ਸੁਮੇਟਿਵ ਇਵੈਲੂਏਸ਼ਨ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ 2 ਰਚਨਾਤਮਕ ਮੁਲਾਂਕਣ। ਨਿਰਦੇਸ਼ਾਂ ਦੇ ਦੌਰਾਨ ਯਾਨੀ ਕਿ ਇੰਸਟਰਕਸ਼ਨ ਡਿਊਰਿੰਗ ਦਾ ਇੰਸਟਰਕਸ਼ਨ ਸਿੱਖਣ ਦੀ ਜਿਹੜੀ ਪ੍ਰਗਤੀ ਹੈ ਲਰਨਿੰਗ ਪ੍ਰੋਸੈਸ ਹੈ ਜਿਹੜਾ ਉਸਨੂੰ ਜਿਹੜੀ ਮੋਨੀਟਰ ਕਰਨ ਲਈ ਵਰਤੀ ਜਾਂਦੀ ਇਵੈਲੂਏਸ਼ਨ ਮੈਥਡ ਕਹਿ ਸਕਦੇ ਹਾਂ ਆਪਾਂ, ਔਰ ਉਸਨੂੰ ਕੀ ਕਿਹਾ ਜਾਂਦਾ ਹੈ ਜੀ ਰਚਨਾਤਮਕ ਮੁਲਾਂਕਣ ਫੋਰਮੈਟਿਵ ਐਵੈਲੂਏਸ਼ਨ। ਪ੍ਰਸ਼ਨ 15 ਹੈ ਜੀ ਨਿਬੰਧ ਰੂਪੀ ਪ੍ਰਸ਼ਨ ਦੀ ਬਿਹਤਰ ਮੱਦ ਕਿਹੜੀ ਹੈ? ਯਾਨੀ ਕਿ ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਦਾ ਬੈਟਰ ਆਈਟਮ ਆਫ ਐਸੇ ਟਾਈਪ ਆਫ ਕੁਸ਼ਚਨ। ਆਪਸ਼ਨ 1 ਹੈ ਜੀ ਨਿਊਟਨ ਦੇ ਗਤੀ ਦੇ ਨਿਯਮ ਉੱਪਰ ਚਰਚਾ ਕਰੋ, ਆਪਸ਼ਨ 2 ਹੈ ਜੀ ਨਿਊਟਨ ਦੇ ਗਤੀ ਦੇ 3 ਨਿਯਮਾਂ ਵਿੱਚੋਂ ਹਰੇਕ ਦੀ ਵਿਆਖਿਆ ਕਰੋ, ਆਪਸ਼ਨ 3 ਹੈ ਜੀ ਨਿਊਟਨ ਦੇ ਗਤੀ ਦੇ ਨਿਯਮ ਕੀ ਹਨ, ਆਪਸ਼ਨ 4 ਹੈ ਜੀ ਨਿਊਟਨ ਦੇ ਗਤੀ ਦੇ ਨਿਯਮਾਂ ਉੱਤੇ ਨੋਟ ਲਿਖੋ। ਸੋ ਦੇਖਣਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਹੈ ਬੈਟਰ ਆਈਟਮ ਹੈ ਐਸੇ ਟਾਈਪ ਕੁਸ਼ਚਨ ਦੇ ਲਈ। ਤਾਂ ਇਸਦਾ ਜਿਹੜਾ ਆਨਸਰ ਹੈ ਉਹ ਹੈ ਆਪਸ਼ਨ 2 ਨਿਊਟਨ ਦੇ ਗਤੀ ਦੇ ਨਿਯਮਾਂ ਵਿੱਚੋਂ ਹਰੇਕ ਦੀ ਵਿਆਖਿਆ ਕਰਨ ਲਈ ਜਦੋਂ ਆਪਾਂ ਕਹਾਂਗੇ ਵਿਦਿਆਰਥੀ ਨੂੰ ਤਾਂ ਉਹ ਨਿਬੰਧ ਰੂਪ ਜਿਹੜਾ ਉਹ ਬਣ ਜਾਏਗਾ। ਸੋ ਇਹ ਸੀ ਪਹਿਲੇ 15 ਕੁਸ਼ਚਨ ਫਸਟ ਵੀਡੀਓ ਦੇ ਵਿੱਚ। ਸੈਕਿੰਡ ਪਾਰਟ ਦੇ ਵਿੱਚ ਨੈਕਸਟ 15 ਕੁਸ਼ਚਨ ਜਿਹੜੇ ਨੇ ਉਹ ਆਪਾਂ ਸੋਲਵ ਕਰਾਂਗੇ। ਉਮੀਦ ਹੈ ਕਿ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਔਰ ਜਿਹੜੀ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੋ ਉਸ ਦੇ ਵਿੱਚ ਹੈਲਪ ਹੋਏਗੀ ਤੁਹਾਡੀ, ਜਿੰਨੀ ਵੀ ਹੋ ਸਕੇਗੀ ਵੱਧ ਤੋਂ ਵੱਧ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਔਰ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।